ਅਕਾਲੀ ਸਰਪੰਚ ਅਫੀਮ ਸਮੇਤ ਕਾਬੂ। ਜਲੰਧਰ ਦਿਹਾਤੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ 2 ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਹੈ ਜੋ ਮੌਜੂਦਾ ਸਰਪੰਚ ਹੈ। ਪੁਲਿਸ ਮੁਤਾਬਕ ਇਹ ਦਿੱਲੀ ਤੋਂ ਅਫੀਮ ਲਿਆ ਕੇ ਜਲੰਧਰ ਦੇ ਨੇੜਲੇ ਇਲਾਕਿਆਂ ਵਿੱਚ ਵੇਚਦਾ ਸੀ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ 1 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਇਸ ਕੋਲੋਂ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਦੋਸ਼ੀ ਜਲੰਧਰ ਦੇ ਬਾਦਸ਼ਾਹਪੁਰ ਪਿੰਡ ਦਾ ਮੌਜੂਦਾ ਸਰਪੰਚ ਹੈ। ਪਿੰਡ ਬਾਦਸ਼ਾਹਪੁਰ ਦਾ ਅਕਾਲੀ ਸਰਪੰਚ ਜਸਪਾਲ ਸਿੰਘ ਪਾਲ ਬੀਤੇ ਲੰਮੇ ਸਮੇਂ ਤੋਂ ਅਫੀਮ ਦੀ ਤਸਕਰੀ ਕਰਦਾ ਆ ਰਿਹਾ ਹੈ। ਇਸ ਗ੍ਰਿਫਤਾਰੀ ਦੇ ਸੰਬੰਧ ਵਿੱਚ ਲਖਵੀਰ ਸਿੰਘ DSP ਜਲੰਧਰ ਦਿਹਾਤੀ ਪੁਲਿਸ ਨੇ ਜਾਣਕਾਰੀ ਦਿੱਤੀ। ਮਾਨਯੋਗ SSP ਸਾਹਿਬ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮਾਨਯੋਗ SPD ਸਾਹਿਬ ਸਰਦਾਰ ਬਲਕਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ CAS 2 ਸਟਾਫ ਦੇ ਇੰਚਾਰਜ ਸ਼੍ਰੀ ਸ਼ਿਵ ਕੁਮਾਰ ਇੰਸਪੈਕਟਰ ਅਤੇ ਉਹਨਾਂ ਦੀ ਟੀਮ ਦੇ ਇੰਚਾਰਜ ਸਬ ਇੰਸਪੈਕਟਰ ਰਛਪਾਲ ਸਿੰਘ ਨੇ ਕੱਲ੍ਹ ਵੰਡਰਲੈਂਡ ਟੀ ਪੁਆਇੰਟ ਨਕੋਦਰ ਰੋਡ ਜਲੰਧਰ ਨਾਕਾਬੰਦੀ ਕੀਤੀ ਹੋਈ ਸੀ। ਦੌਰਾਨੇ ਨਾਕਾਬੰਦੀ ਇੱਕ ਆਦਮੀ ਕਰੇਟਾ ਗੱਡੀ ਵਿੱਚ ਆਉਂਦਾ ਦਿਖਾਈ ਦਿੱਤਾ, ਜਿਹਨੂੰ ਰੋਕ ਕੇ ਚੈੱਕ ਕੀਤਾ, ਜਿਹਦੇ ਕਾਰ ਦੇ ਵਿੱਚੋਂ ਜਿਹੜੀ 2 ਕਿਲੋ ਅਫੀਮ ਬਰਾਮਦ ਹੋਈ, ਜੋ ਇਸ ਦੇ ਸੰਬੰਧ ਵਿੱਚ ਕੇਸ ਰਜਿਸਟਰਡ ਥਾਣਾ ਲਾਂਬੜਾ ਵਿਖੇ ਕਰਕੇ ਅਗਲੀ ਤਫਤੀਸ਼ ਜਿਹੜੀ ਜਾਰੀ ਹੈ। ਉਹ ਬੰਦਾ ਕੌਣ ਹੈ ਜੀ? ਇਹ ਬੰਦਾ ਜਿਹੜਾ ਹੈ ਇਹ ਇਸਦਾ ਨਾਮ ਹੈ ਜੀ ਜਸਪਾਲ ਸਿੰਘ ਪੁੱਤਰ ਉਰਫ ਪਾਲ, ਵਾਸੀ ਬਾਦਸ਼ਾਹਪੁਰ ਥਾਣਾ ਲਾਂਬੜਾ।